ਪਰਪਸ ਕਰਨੇ ਦਾ ਇਹ ਤਾਂ ਇਸ ਕੰਮ ਕਰਨੇ ਦਾ ਵੀ ਕਣਕ ਮੱਕੀ 'ਚ ਤਾਂ ਨਿਕਲਦਾ ਕੁਛ ਨਹੀਂ ਹੈ, ਇਹਦੇ 'ਚ ਤਾਂ ਕੁਛ, ਇਹਦੇ 'ਚ ਤਾਂ ਇਨਕਮ ਦਾ ਸਾਧਨ ਵੀ ਵਧੀਆ ਹੈ ਅਤੇ ਕੰਮ ਕਰਨ ਦਾ ਤਰੀਕਾ ਵੀ ਬੰਦਾ ਬਦਲਦਾ ਹੈ। हिमाचल प्रदेश के स्वारघाट में सतनाम सिंह ने ड्रैगन फ्रूट की खेती कर एक नई राह दिखाई है। सतनाम सिंह ने बिना किसी सरकारी मदद से ड्रैगन फ्रूट की खेती शुरू कर दी, जिससे लगभग सवा साल बाद अब ड्रैगन फ्रूट के पौधों पर फल आना शुरू हो गए हैं। औषधीय गुणों से भरपूर ये ड्रैगन फ्रूट कैंसर जैसी गंभीर बीमारियों के उपचार में भी रामबाण औषधि बताई जाती है। ਕਿਹੜੀ ਅਖਬਾਰ ਚਲਾਉਣਾ ਤੁਸੀਂ? ਮੈਂ ਸਤਨਾਮ ਸਿੰਘ, ਪਿੰਡ ਧਰੋਟ, ਜ਼ਿਲ੍ਹਾ ਬਿਲਾਸਪੁਰ, ਹਿਮਾਚਲ ਪ੍ਰਦੇਸ਼। ਮੈਂ ਪਿਛਲੇ ਇੱਕ ਸਾਲ ਦੋ ਮਹੀਨੇ 'ਤੇ ਡਰੈਗਨ ਫਰੂਟ ਦੀ ਖੇਤੀ ਕਰ ਰਿਹਾ। ਇਹ ਖੇਤੀ ਕਰਨ ਦਾ ਪਰਪਸ ਇਹ ਹੈ ਵੀ ਲੋਕਾਂ ਨੂੰ ਕੋਈ ਨੈਚੁਰਲ ਚੀਜ਼, ਉਹ ਚੀਜ਼ ਦੇਈਏ ਜਿਹੜੇ ਲੋਕਾਂ ਨੂੰ ਬਿਮਾਰੀਆਂ 'ਤੇ ਰਾਹਤ ਮਿਲੇ। ਇਹ 12-13 ਬਿਮਾਰੀਆਂ ਨੂੰ ਠੀਕ ਕਰਦਾ। ਇਹਦੇ ਵਿੱਚ ਤੁਸੀਂ ਬਿਲਕੁਲ, ਅਸੀਂ ਇਹਨੂੰ ਔਰਗੈਨਿਕ ਖੇਤੀ ਨਾਲ ਤਿਆਰ ਕਰਦੇ। ਹਰ 10 ਦਿਨ ਬਾਅਦ ਇਹਨੂੰ ਜੀਵ ਅੰਮ੍ਰਿਤ ਲਾਓ। ਜੀਵ ਅੰਮ੍ਰਿਤ ਲਾ ਕੇ ਇਹਦੀ ਗਰੋਥ ਦੇਖੋ, ਤੁਸੀਂ ਇਸ ਬੂਟੇ ਦੀ ਗਰੋਥ ਦੇਖੋ। ਇਹ ਸਿਰਫ ਜੀਵ ਅੰਮ੍ਰਿਤ ਨਾਲ, ਜੀਵ ਅੰਮ੍ਰਿਤ ਦੇ ਇਲਾਵਾ ਅਸੀਂ ਇਹਨੂੰ ਕੁਛ ਹੋਰ ਲਗਾਉਂਦੇ ਨਹੀਂ। ਇਹ ਇਹਦਾ ਪਰਪਸ ਕਰਨੇ ਦਾ ਇਹ ਤਾਂ ਇਸ ਕੰਮ ਕਰਨੇ ਦਾ ਵੀ ਕਣਕ ਮੱਕੀ 'ਚ ਤਾਂ ਨਿਕਲਦਾ ਕੁਛ ਨਹੀਂ ਹੈ, ਇਹਦੇ 'ਚ ਤਾਂ ਕੁਛ, ਇਹਦੇ 'ਚ ਤਾਂ ਇਨਕਮ ਦਾ ਸਾਧਨ ਵੀ ਵਧੀਆ ਹੈ ਅਤੇ ਕੰਮ ਕਰਨ ਦਾ ਤਰੀਕਾ ਵੀ ਬੰਦਾ ਬਦਲਦਾ ਹੈ। ਸਾਡਾ ਕਰਨ ਦਾ ਮੇਨ ਭਾਵ ਇਹੀ ਤਾਂ। ਮੈਂ ਆਉਣ ਵਾਲੇ ਲੋਕਾਂ ਨੂੰ, ਆਉਣ ਵਾਲੇ ਮੁੰਡਿਆਂ ਨੂੰ, ਹੋਰ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕੁਛ ਨਾ ਕੁਛ ਬਦਲਾ ਕੇ ਕਰਨਾ ਚਾਹੀਦਾ, ਜੋ ਜਿਹਨੂੰ ਅਸੀਂ ਮੁੱਖ ਰੱਖ ਕੇ ਕਰੀਏ, ਕੋਈ ਹੋਰ ਕੰਮ ਕਰੀਏ, ਨਵਾਂ ਕੰਮ ਕਰੀਏ। ਇਹ ਬਿਲਕੁਲ ਸਕਸੈਸ ਹੈ। 1 ਸਾਲ 2 ਮਹੀਨੇ ਹੋ, ਇਹਦੀ ਜ਼ਬਰਦਸਤ ਗਰੋਥ, ਫਰੂਟਿੰਗ ਹੀ ਨੂੰ, ਫਸਟ ਫਰੂਟਿੰਗ ਹੀ ਨੂੰ ਸਟਾਰਟਿੰਗ ਹੋ ਗਈ। ਅਗਲੇ ਸਾਲ ਹੀ ਨੇ 70% ਫਰੂਟਿੰਗ ਦੇਣੀ ਸ਼ੁਰੂ ਕਰ ਦੇਣੀ। ਮਿਹਨਤ ਜ਼ਰੂਰ ਹੈ, ਮਿਹਨਤ ਤੁਹਾਨੂੰ ਇਹ 'ਚ ਕਰਨੀ ਪੈਣੀ। ਇਹ ਫਰੂਟ ਇੱਦਾਂ ਦਾ ਹੈ, ਇਹ ਤੁਹਾਡੀ ਜ਼ਮੀਨ 'ਚ ਤਾਂ ਕੁਛ ਨਹੀਂ ਲੈਂਦਾ, ਜੇ ਤੁਸੀਂ ਇਹਦੀਆਂ ਜੜ੍ਹਾਂ 'ਚ ਪਾਓਗੇ ਫਿਰ ਵੀ ਕੁਛ ਨਹੀਂ ਲੈਂਦਾ। ਇਹਨੂੰ ਤੁਸੀਂ ਇਹਦੇ ਤੁਹਾਨੂੰ ਮੂੰਹ 'ਚ ਪਾਉਣਾ ਪੈਣਾ। ਇਹ ਇੱਦਾਂ ਦੀ ਵਰਾਇਟੀ ਹੈ। ਸਿਰਫ ਇਹਦੇ 'ਚ ਕੋਈ ਸਪਰੇਅ ਨਹੀਂ, ਕੋਈ ਖਰਚਾ ਨਹੀਂ, ਕੋਈ ਕੈਮੀਕਲ ਦਾ ਖਰਚਾ ਨਹੀਂ। ਸਿਰਫ ਤੁਹਾਨੂੰ ਆਪਣੇ ਔਰਗੈਨਿਕ ਤਰੀਕੇ ਨਾਲ ਜੀਵ ਅੰਮ੍ਰਿਤ ਬਣਾਓ, ਜੀਵ ਅੰਮ੍ਰਿਤ ਲਾਓ। ਉਹਦੇ ਵਾਸਤੇ ਸ਼ਰਤ ਇਹ ਹੈ ਕਿ ਪਹਿਲਾਂ ਗਊ ਮਾਤਾ ਤੁਹਾਨੂੰ ਘਰ 'ਚ ਰੱਖਣੀ ਪੈਣੀ, ਉਹਦੇ ਬਾਅਦ ਫਿਰ ਤੁਸੀਂ ਇਸ ਖੇਤੀ ਨੂੰ ਕਰ ਸਕਦੇ। ਇਸ ਤੋਂ ਪਹਿਲਾਂ ਮੈਂ ਬਸ ਇਹੀ ਖੇਤੀ ਕਰਦਾ ਤਾ, ਜਿੱਦਾਂ ਖੇਤੀ ਆਪਣੀ ਬਸ ਕਣਕ ਮੱਕੀ ਦਾ। ਕਣਕ ਮੱਕੀ 'ਚ ਤਾਂ ਕੁਛ ਨਹੀਂ ਨਿਕਲਦਾ ਤਾ, ਕੁਛ ਨਹੀਂ ਬਣਦਾ ਤਾ। ਬਸ ਫਿਰ ਸੋਚਦਾ ਤਾ ਵੀ ਕੁਛ ਨਾ ਕੁਛ ਨਵਾਂ ਕਰੀਏ, ਹੋਰ ਦੇਖਦੇ ਹਾਂ ਕੁਛ ਨਾ ਕੁਛ ਕਰਕੇ। ਫਿਰ ਕਾਫੀ ਸੋਚਿਆ ਵੀ ਕਿਆ ਕਰੀਏ, ਅਤੇ ਕਿਸੇ ਨੇ ਦੱਸਿਆ ਸਾਡੇ ਯਾਰ ਮਿੱਤਰ ਨੇ ਵੀ ਜੇ ਤੂੰ ਡਰੈਗਨ ਫਰੂਟ ਕਰ ਸਕਦਾ। ਮੈਂ ਯਾਰ ਜ਼ਰੂਰ ਕਰਨਾ।